ਟਮਾਟਰ ਮਿਰਚਾਂ ਵਾਲਾ ਭਾਈ ਗਿਆ ਸੀ, ਮਿਰਚਾਂ ਲਈਆਂ ਅਤੇ ਟਮਾਟਰ, ਕਿਉਂਕਿ ਬਿਲਕੁਲ ਹੀ ਖਤਮ ਹੋ ਗਏ ਸੀ ਇਸ ਵਾਸਤੇ। ਮਿਰਚਾਂ ਤਾਂ ਏਡੀਆਂ ਸੋਹਣੀਆਂ, ਕੋਈ ਨਹੀਂ ਟਮਾਟਰ ਸਹੀ ਨੇ ਫਿਰ ਵੀ। ਚਲੋ ਜੀ, ਗਰਮ ਜ਼ਰਾ ਚਲੇ ਗਏ, ਧੋ ਕੇ ਮੈਂ ਇੱਥੇ ਰੱਖੇ, ਥੋੜ੍ਹੇ ਪਾਣੀ ਖੁਸ਼ਕ ਹੁੰਦੇ ਅਤੇ ਫਿਰ ਚੁੱਕ ਕੇ ਫਰਿੱਜ 'ਚ ਰੱਖਦੀ ਹਾਂ। ਮਿਰਚਾਂ ਪਹਿਲੇ ਫਰਿੱਜ 'ਚ ਸੁੱਕ ਗਈਆਂ, ਸਲਾਰ ਹੋ ਗਈਆਂ ਸਾਰੀਆਂ, ਇਹਨਾਂ ਨਾਲ ਰੱਖਦੀ ਹਾਂ। ਕਬੀਰ ਬੇਟਾ ਕਹਿੰਦਾ ਕਿ ਮਾਮਾ ਜੀ ਪਕੌੜੇ ਬਣਾਉਣੇ ਆ, ਅਤੇ ਆਹ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸਭਿਆਂ ਭਾਈਓ ਕੋ ਅਸਲਾਮ ਅਲੈਕੁਮ। ਉਮੀਦ ਕਰਤੇ ਹਾਂ ਕਿ ਸਭ ਖੈਰ ਖਰੀਏ ਸੇ ਹੋਂਗੇ। ਅਲਹਮਦੁਲਿਲਾ, ਅਲਹਮਦੁਲਿਲਾ ਜੀ, ਹਮ ਵੀ ਖੈਰ ਖਰੀਏ ਸੇ। ਅੱਲਾਹ ਪਾਕ ਸਭ ਕੋ ਹਮੇਸ਼ਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ ਔਰ ਢੇਰੋ ਖੁਸ਼ੀਆਂ ਦੇ। ਜੋ ਬਹਿਣ ਭਾਈ ਪਰੇਸ਼ਾਨ, ਅੱਲਾਹ ਪਾਕ ਉਨਕੀ ਪਰੇਸ਼ਾਨੀ ਦੂਰ ਕਰੇ। ਜੋ ਬਿਮਾਰ, ਅੱਲਾਹ ਪਾਕ ਉਨਕੋ ਸ਼ਫਾ ਦੇ, ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇ। ਤੋ ਇਸੀ ਦੁਆ ਕੇ ਸਾਥ ਕਰਤੀ ਹਾਂ ਜੀ ਅੱਜ ਕੀ ਵੀਡੀਓ ਸ਼ੁਰੂ। ਵੀਡੀਓ ਸ਼ੁਰੂ ਕਰਨੇ ਸੇ ਪਹਿਲੇ ਸਭ ਭੈਣ ਭਾਈਓ ਸੇ ਹਮੇਸ਼ਾ ਕੀ ਤਰ੍ਹਾਂ ਮੇਰੀ ਰਿਕੁਐਸਟ ਹੈ ਕਿ ਮੇਰੀ ਵੀਡੀਓ ਕੋ ਲਾਈਕ ਕਰਨਾ, ਸ਼ੇਅਰ ਕਰਨਾ ਔਰ ਮੇਰੇ ਚੈਨਲ ਕੋ ਸਬਸਕ੍ਰਾਈਬ ਕਰਨਾ। ਤੋ ਚਲਤੇ ਹਾਂ ਜੀ ਨੈਕਸਟ ਵੀਡੀਓ ਕੀ ਤਰਫ, ਅੱਜ ਕੀ ਵੀਡੀਓ ਸ਼ੁਰੂ ਕਰਤੇ ਹਾਂ। ਅੱਜ ਕੀ ਵੀਡੀਓ ਮੇਰੀ ਕੋਈ ਯੂੰਗੀ ਜੀ, ਸ਼ਾਮ ਕਾ ਟਾਈਮ ਹੋ ਗਿਆ, ਅੱਜ ਕੁਛ ਜੋ ਵੀ ਸੀਨ ਹੈ ਆਪਣੇ ਬਹਿਣ ਭਾਈਓ ਕੇ ਸਾਥ ਸ਼ੇਅਰ ਕਰਤੀ ਹੂੰ। ਰਮਨ ਜੀ, ਬਿਸਮਿਲ੍ਲਾ ਰਮਨ ਰਹੀਮ ਜੀ, ਲਸਣ ਪਿਆਜ਼, ਟਮਾਟਰ ਮਿਰਚਾਂ ਅਤੇ ਕੱਦੂ, ਅਤੇ ਨਾਲ ਜੀ ਗੋਸ਼ਤ ਪਿਆ ਸੀ ਫਰਿੱਜ ਵਿੱਚ, ਫਰੀਜ਼ ਕੀਤਾ ਹੋਇਆ, ਮੈਨੂੰ ਕੱਲ੍ਹ ਕੇ ਬਾਅਦ ਕਾਫੀ ਦੇਰ ਦਾ ਰੱਖਿਆ ਅਤੇ ਹੁਣ ਉੱਪਰੋਂ ਢੱਕ ਦਿੰਦੀ ਆ। ਲਈ ਹੈ ਜੀ ਹਾਂਡੀ, ਅੱਗੇ ਬੜਾ ਬੜਾ ਨਾ ਧੋਖਾ ਹੋਇਆ ਸਾਡੇ ਨਾਲ, ਸਿਲੰਡਰ ਸਾਡਾ ਚੱਲਿਆ ਨਹੀਂ, ਨਵਾਂ ਸਿਲੰਡਰ ਰਖਾਇਆ ਉਹਦੇ ਵਿੱਚ ਵੀ ਅਜੇ ਗੈਸ ਆਇਆ ਸੀ। ਅਤੇ ਬਿਸਮਿਲ੍ਲਾ ਰਹਿਮਾਨ ਰਹੀਮ ਜੀ, ਚੁੱਲ੍ਹਾ ਦੇਖਦੇ ਹਾਂ ਹੁਣ ਕੀ ਕਰਦਾ ਹੈ। ਅਤੇ ਇਸ ਵਾਸਤੇ ਟਮਾਟਰ ਮਿਰਚਾਂ ਵੀ ਵਿੱਚ ਪਾ ਦਿੰਦੇ ਹਾਂ ਅਤੇ ਇਹਨਾਂ ਦਾ ਬਣਾਉਂਦੇ ਹਾਂ ਪੇਸਟ, ਅਤੇ ਉੱਪਰੋਂ ਕਰਦੀ ਹਾਂ ਕਵਰ। ਪਲੇਟ ਕਿੱਥੇ ਰੱਖ ਲਈ ਹੈ ਹਾਂਡੀ ਦੀ ਮੈਂ, ਔਰ ਰੱਖ ਲਈ ਹੈ ਸਾਹਮਣੇ, ਇਹ ਵੀ ਨਹੀਂ ਨਜ਼ਰ ਆਉਂਦੀ ਪੀ ਕੇ ਕਿੱਥੇ ਰੱਖੀ। ਆਟਾ ਸਾਡੇ ਕੋਲ ਹੈ ਗੁੱਝਿਆ ਹੋਇਆ, ਅਤੇ ਇਹਨੂੰ ਵੀ ਉੱਪਰੋਂ ਕਵਰ ਕਰ ਲਾਂ, ਕੱਦੂਆਂ ਨੂੰ ਵੀ ਅਜੇ ਪਾਣੀ ਵਿੱਚ ਪਾ ਲੈਂਦੀ। ਅਤੇ ਹੋਰ ਜੀ ਦੁੱਧ ਰੱਖਣਾ ਹੈ ਗਰਮ ਕਰਨਾ ਬੱਚਿਆਂ ਵਾਸਤੇ, ਇਹ ਵੀ ਕਰਦੀ ਹਾਂ ਨਾਲ। ਇੱਥੇ ਹਰ ਚੀਜ਼ ਰੱਖ ਲੈਂਦੀ ਹਾਂ, ਫਰਿੱਜ 'ਚੋਂ ਆਟਾ ਕੱਢ ਲੈਂਦੀ ਹਾਂ, ਠੀਕ ਹੈ। ਅੱਛਾ ਜੀ, ਬਰਫ਼ ਜੰਮੀ ਹੋਈ ਹੈ ਤੇਲ 'ਚ ਪਾ ਕੇ ਰੱਖ ਲੈਂਦੀ ਹਾਂ, ਬਰਫ਼ ਪਿਘਲੇਗੀ ਅਤੇ ਫਿਰ ਟਾਈਮ ਜੀ। ਲਸਣ ਪਿਆਜ਼ ਟਮਾਟਰ ਮਿਰਚਾਂ ਹਰ ਚੀਜ਼ ਨਰਮ ਕਰਕੇ ਪੇਸਟ ਬਣਾ ਲਿਆ, ਅਤੇ ਵਿੱਚ ਪਾਤਾ ਹੈ ਘੀ। ਹੁਣ ਘੀ ਦੀ ਘੀ ਨਾਲ ਬਣਾਈ ਕਰਦੇ, ਅਤੇ ਨਾਲ ਪਾਉਂਦੇ ਹਾਂ ਅਸੀਂ ਗੋਸ਼ਤ, ਇਹ ਵੀ ਨਾਲ ਨਾਲ ਫਰਾਈ ਹੋ ਜਾਏਗਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਤੇ ਨਾਲ ਇਹਦੇ ਵਿੱਚ ਬਰਫ਼ ਹੈ, ਇਹ ਵੀ ਪਿਘਲ ਜਾਏਗੀ। ਅਤੇ ਰੱਖੋ ਕੁਛ ਬਰਤਨ ਧੋਂਦੇ, ਅੱਜ ਜੀ ਅਸੀਂ ਕਿ ਵੀ ਕਿਹਾ ਵੀ ਕੱਦੂ ਗੋਸ਼ਤ ਬਣਾ ਲੈਂਦੇ ਹਾਂ। ਕਾਫੀ ਦਿਨਾਂ ਦਾ ਪਿਆ ਫਰੇੜੇ ਦੇ ਵਿੱਚ, ਫਿਰ ਜ਼ਾਇਕਾ ਚੇਂਜ ਹੋ ਜਾਂਦਾ, ਨਾ ਬੱਚੇ ਖਾਂਦੇ ਨਾ ਮੇਰਾ ਆਪਣਾ ਦਿਲ ਕਰਦਾ ਖਾਣੇ, ਅਤੇ ਅੱਜ ਹੀ ਬਣਾ ਲੈਂਦੇ ਹਾਂ। ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਅਤੇ ਹਜੇ ਤਾਂ ਬਰਫ਼ ਨਹੀਂ ਪਿਘਲੀ ਇਹਦੀ ਗੋਸ਼ਤ ਦੀ, ਅਤੇ ਹੁਣ ਇਸ ਤਰ੍ਹਾਂ ਹੀ ਇਹਨੂੰ ਫਰਾਈ ਕਰਦੇ ਹਾਂ ਥੋੜ੍ਹਾ ਜਿਹਾ, ਫਿਰ ਆਸਤਾ ਆਸਤਾ ਪਿਘਲ ਜਾਂਦੇ ਆ। ਰਮਨ ਰਹੀਮ ਜੀ, ਗੋਸ਼ਤ ਅੱਛੀ ਤਰ੍ਹਾਂ ਫਰਾਈ ਹੋ ਗਿਆ, ਅਤੇ ਹੁਣ ਵਿੱਚ ਪਾਉਂਦੀ ਹਾਂ ਮਸਾਲੇ।
ਮਸਾਲੇ ਵਾਲਾ ਡੱਬਾ ਇੱਕ ਹੱਥ ਨਾਲ ਨਹੀਂ ਖੁੱਲੇਗਾ, ਜੀਰੇ ਵਾਲਾ ਖੁੱਲ ਜਾਏਗਾ। ਸੁੱਕਾ ਧਨੀਆ, ਪਹਿਲੇ ਪਾਉਂਦੀ ਨਮਕ, ਬਾਕੀ ਫਿਰ ਖੋਲ੍ਹ ਕੇ ਪਾਉਂਦੀ ਹਾਂ, ਇਹਨਾਂ ਨੂੰ ਮਿਕਸ ਕਰ ਲੈਂਦੀ ਹਾਂ, ਅਤੇ ਇਸ ਤਰ੍ਹਾਂ ਮਸਾਲਿਆਂ ਦੀ ਬਣਾਈ ਮਿਕਸ ਕਰਦੀ ਹਾਂ। ਥੋੜ੍ਹੀ ਜਿਹੀ ਹਲਕੀ ਕਰ ਲੈਂਦੇ ਹਾਂ, ਹਲਕੀ ਅੱਗ 'ਤੇ ਅੱਛੀ ਤਰ੍ਹਾਂ ਬਣਾਈ ਕਰਦੀ ਹਾਂ। ਕੱਦੂ ਗੋਸ਼ਤ ਮਾਸ਼ਾਅੱਲਾ ਜੀ ਪਿਆਰਾ ਜਿਹਾ ਪੱਕ ਜੇ, ਅੱਛਾ ਜਿਹਾ ਜ਼ਾਇਕਾ ਹੋ ਜੇ, ਇਹਦਾ ਬੜਾ ਖਾਣ ਦਾ ਕੋਈ ਮਜ਼ਾ ਵੀ ਆਏ। ਅੱਛਾ ਜੀ, ਮਸਾਲਿਆਂ ਦੀ ਬਣਾਈ ਵਿੱਚ ਜਿਹੜਾ ਹੋ ਗਈ, ਹੁਣ ਵਿੱਚ ਪਾਉਣਾ ਅਸੀਂ ਕੱਦੂ। ਮੈਮਾ ਬੋਤਲਾਂ ਰੱਖੋ ਨਾ ਬੇਟਾ, ਕੀ ਕਰਦੇ ਹੋ? ਪਿੱਛੇ ਹੋ, ਪਿੱਛੇ ਇੱਕ ਹੱਥ ਨਾ ਪੈਣਾ ਵੀ ਨਹੀਂ ਨਾ। ਅੱਛਾ ਜੀ, ਕੱਦੂ ਅਸੀਂ ਵਿੱਚ ਪਾਤਾ, ਹੁਣ ਇਹਨੂੰ ਮਿਕਸ ਕਰਦੇ ਹਾਂ, ਅਤੇ ਇਸ ਤਰ੍ਹਾਂ ਕੱਦੂ ਦੀ ਬਣਾਈ ਵੀ ਕਰਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਲਾ ਪਾਕ ਖਾਣਾ ਪੀ ਕੇ ਖਾਣਾ ਖਤਮ ਕਰੇ, ਅੱਲਾ ਪਾਕ ਨਜ਼ਰੇ ਪਾਤੋਂ ਬਚਾਏ ਜੀ ਸਭ ਨੂੰ। ਹੁਣ ਅੱਛੀ ਤਰ੍ਹਾਂ ਬਣਾਈ ਕਰਦੇ ਹਾਂ ਇਹਨਾਂ ਦੀ। ਮੈਮਾ ਕੀ ਕਰਦੀ, ਨਮਕ ਖਾ ਰਹੀ ਹੈ? ਬੜਾ ਇੰਨਾ ਨਹੀਂ ਨਮਕ ਖਾਈਦਾ, ਕੋਈ ਉਲਟਾ ਹੀ ਕੰਮ ਸ਼ੁਰੂ ਕਰ ਲੈਂਦੇ। ਸਾਲਣ ਸਾਡਾ ਪੱਕ ਰਿਹਾ, ਆਟਾ ਸ਼ਾਟਾ ਵੀ ਗੁੰਨ ਕੇ ਰੱਖ ਲਿਆ, ਅਤੇ ਆ ਜੀ ਲੱਸੀ, ਆ ਮਲਾਈ ਵਾਲੀ ਬਾਲਟੀ, ਇਹਨੂੰ ਅੱਜ ਲਾਉਣਾ ਹੈ ਜਾਗ। ਅਸੀਂ ਇਹਨੂੰ ਜਾਗ ਲਾ ਦਿੰਦੇ ਹਾਂ, ਬਿਸਮਿਲ੍ਲਾ ਦੀ ਬਰਕਤ, ਕਿਉਂਕਿ ਸੁਬਹ ਉੱਠ ਕੇ ਫਿਰ ਰਿੜਕ ਲਾਂਗੇ, ਬੱਚਿਆਂ ਨੂੰ ਫਰੈਸ਼ ਫਰੈਸ਼ ਮਖਾਣ ਮਾਸ਼ਾਅੱਲਾ ਦੇਵਾਂਗੇ। ਉੱਪਰ ਕਵਰ ਕਰ ਦਿੰਦੇ ਹਾਂ, ਅਤੇ ਬੰਦ ਕਰਕੇ ਅੰਦਰ ਹੀ ਪਿਆ ਰਹੇ। ਬੋਤਲਾਂ ਵੀ ਸਾਡੀਆਂ ਸਾਰੀ ਖਾਲੀ ਹੋ ਗਈਆਂ, ਦੋ ਤਿੰਨ ਬੋਤਲਾਂ ਪਈਆਂ, ਕੂਲਰ 'ਚ ਪਾਣੀ ਪਾ ਲੈਂਦੀਆਂ ਠੰਡਾ ਕਰਕੇ, ਅਤੇ ਲੱਸੀ ਉੱਪਰੋਂ ਕਵਰ ਕਰਦੀਆਂ, ਅਤੇ ਮੈਂ ਪੀਵਾਂਗੀ ਠੀਕ ਕਰਕੇ। ਅਤੇ ਸਾਲਣ ਪੱਕਦਾ, ਅਤੇ ਫਿਰ ਰੋਟੀਆਂ ਬਣਾਉਂਦੀਆਂ ਹਨ। ਹਾਂਜੀ ਜੀ, ਸਾਲਣ ਸਾਡਾ ਪੱਕ ਗਿਆ ਆ। ਆਲੂ ਪਾਲਕ ਨਹੀਂ, ਸੋਰੀ ਜੇ ਕੱਦੂ ਔਰ ਚਿਕਨ ਗੋਸ਼ਤ, ਕੱਦੂ ਗੋਸ਼ਤ ਸਾਡਾ ਤਿਆਰ ਹੋ ਗਿਆ, ਅਤੇ ਹੁਣ ਅਸੀਂ ਪਕਾਉਂਦੇ ਹਾਂ ਰੋਟੀਆਂ, ਅਤੇ ਬੈਠ ਕੇ ਫਿਰ ਖਾਵਾਂਗੇ। ਅੱਛਾ ਜੀ, ਖਾਣਾ ਛਾਣਾ ਖਾ ਲਿਆ ਸੀ ਮਾਸ਼ਾਅੱਲਾ ਜੀ, ਸਾਲਣਾ ਅੱਜ ਕੱਦੂ ਗੋਸ਼ਤ ਬੜਾ ਪਿਆਰਾ ਬਣਿਆ ਸੀ, ਅਤੇ ਹੁਣ ਬੱਚੇ ਦੇਖ ਰਹੇ ਸੀ ਵੀਡੀਓ, ਅਤੇ ਸਭ ਨੂੰ ਯਾਦ ਕਰ ਰਹੇ ਸੀ। ਇਸ ਵਾਸਤੇ ਪੁੱਛਿਆ ਕਹਿੰਦੇ ਮਾਮਾ ਜੀ ਸਭ ਨਾਲ ਤੁਸੀਂ ਵੀ ਸ਼ੇਅਰ ਕਰੋ, ਅਤੇ ਇਸ ਵਾਸਤੇ ਇਸ ਕੇ ਭੈਣ ਭਈਆਂ ਨਾਲ ਵੀ ਸ਼ੇਅਰ ਕਰ ਲੈਂਦੇ ਹਾਂ। ਅਤੇ ਹੁਣ
ਸਾਰੀ ਫੈਮਿਲੀ।